ਤੋ ਕਾਜ਼ੀ ਨੇ ਜਿਹੜੇ ਜੱਜਮੈਂਟ ਦਿੱਤੀ ਸੀ ਉਹਦੇ 'ਚ ਇਹ ਸੀ ਕਿ ਅੱਜ ਇਹਨੂੰ ਤਸੀਹੇ ਦੇ ਦੇ ਕੇ ਕਤਲ ਕੀਤਾ ਜਾਏਗਾ ਕੱਲ ਨੂੰ ਇਹਦਾ ਜਿਸਮ ਅੱਗ 'ਚ ਸਾੜਿਆ ਜਾਏਗਾ ਪਰਸੋਂ ਨੂੰ ਇਹਦੀ ਸਵਾਦ ਦਰਿਆ 'ਚ ਵਗਾ ਦਿੱਤੀ ਜਾਏਗੀ ਜਦੋਂ ਉਹਦੇ ਹੱਥ ਕੱਟੇਗੇ ਬੋਲ ਸੀ ਮਨਸੂਰ ਦਾ ਇਹ ਜਿਹੜੇ ਮੇਰੇ ਹੱਥ ਦਿਸਦੇ ਸਨ ਕੱਟਦੇ ਜਿਨ੍ਹਾਂ ਹੱਥਾਂ ਦੀ ਪਹੁੰਚ ਆਕਾਸ਼ ਗੰਗਾ ਤੱਕ ਹੈ ਉਹ ਕਿਵੇਂ ਕੱਟੋਗੇ ਤੁਸੀਂ ਮੇਰੇ ਪੈਰ ਕੱਟ ਦਿੱਤੇ ਚਰਖ ਦੇ ਆਖਰੀ ਤਬਕ ਤੱਕ ਤੁਰ ਕੇ ਜਿਹੜੇ ਮੇਰੇ ਕਦਮ ਪਹੁੰਚਣਗੇ ਉਹ ਕਿਵੇਂ ਕਟੋਗੇ ਤੁਸੀਂ ਮੇਰੀਆਂ ਅੱਖਾਂ ਕੱਢ ਦਿੱਤੀਆਂ ਉਹ ਅੱਖਾਂ ਜਿਹੜੀਆਂ ਬ੍ਰਹਿਮੰਡ ਨੂੰ ਦੇਖਣਗੀਆਂ ਅਜੇ ਵੀ ਤੇ ਦੇਖਦੀਆਂ ਰਹਿਣਗੀਆਂ ਸਦਾ ਲਈ ਉਹਨਾਂ ਨੂੰ ਕਿਵੇਂ ਬੰਦ ਕਰੋ ਮੰਸੂਰ ਨੇ ਉੱਚੀ ਆਵਾਜ਼ ਚ ਕਿਹਾ ਭਾਈਓ ਤੁਸੀਂ ਤਾਂ ਹਜ਼ਾਰਾਂ ਬੇਗੁਨਾਹਾਂ ਨੂੰ ਕਤਲ ਕੀਤਾ ਅੱਜ ਇਸ ਗੁਨਾਹਗਾਰ ਨੂੰ ਮਾਰਨ ਵੇਲੇ ਤੁਹਾਨੂੰ ਕੰਬਾ ਕੇ ਹੀ ਛੜਿਆ ਹੋਇਆ ਮੰਸੂਰ ਨੇ ਵਿੱਦਿਆ ਪ੍ਰਾਪਤ ਕੀਤੀ ਬੰਦਗੀ ਸਿੱਖੀ ਹੂੰ ਪਕੇਰੀ ਉਮਰ ਦਾ ਹੋਇਆ ਹਿੰਦੁਸਤਾਨ ਵੀ ਆਇਆ ਅੱਛਾ ਇਹ ਕਿਹਾ ਜਾਂਦਾ ਹੈ ਕਿ ਯੋਗ ਮਤ ਦੀ ਹੱਥ ਯੋਗ ਦੀ ਸਿੱਖਿਆ ਹਿੰਦੁਸਤਾਨ ਚ ਲਈ ਉਹਨੇ ਹੂੰ ਤੇ ਜਿਹੜਾ ਆਪਾਂ ਨੂੰ ਇੱਕ ਨਿਸ਼ਾਨੀ ਹੋਰ ਵੀ ਮਿਲਦੀ ਹੈ ਵੈਦਿਕ ਗ੍ਰੰਥਾਂ ਚ ਸੰਸਕ੍ਰਿਤ ਦਾ ਵਾਕ ਹੈ ਅਹਮ ਬ੍ਰਹਮਾਸਮੀ ਹੂੰ ਅਹਮ ਮੈਨੇ ਮੈਂ ਜੀ ਬ੍ਰਹਮਾਸਮੀ ਮੈਂ ਬ੍ਰਹਮ ਹੂੰ ਹੂੰ ਮੈਂ ਹੀ ਹਾਂ ਸੰਸਾਰ ਦੀ ਉਹ ਤਾਕਤ ਹੂੰ ਜਿਹੜੀ ਬ੍ਰਹਿਮੰਡਾਂ ਨੂੰ ਕੰਟਰੋਲ ਕਰਦੀ ਏ ਜੀ ਇਹਦਾ ਅਰਥ ਏ ਤੇ ਮਨਸੂਰ ਕਿਹਾ ਕਰਦਾ ਸੀ ਅਨਲ ਹੱਕ ਹਮ ਹੱਕ ਮੈਨੇ ਸੱਚ ਵੀ ਏ ਤੇ ਹੱਕ ਮੈਨੇ ਰੱਬ ਵੀ ਏ ਹਮ ਐਨ ਸਹੀ ਟ੍ਰਾਂਸਲੇਸ਼ਨ ਏ ਜਿਹੜੀ ਸੰਸਕ੍ਰਿਤ ਦੀ ਫਾ ਅਰਬੀ ਫਾਰਸੀ ਚ ਉਹ ਅਨਲ ਹੱਕ ਹਮ ਤੋਂ ਕਿਹਾ ਜਾਂਦਾ ਹੈ ਕਿ ਇਸ ਰੂਹਾਨੀਅਤ ਦੀ ਪ੍ਰਾਪਤੀ ਵਾਸਤੇ ਉਹ ਹਿੰਦੁਸਤਾਨ ਆਇਆ ਸੀ ਤੇ ਇੱਥੋਂ ਪ੍ਰਾਪਤ ਕਰਕੇ ਵਾਪਸ ਗਿਆ ਸੀ ਬੜੀਆਂ ਸਾਖੀਆਂ ਮਿਲਦੀਆਂ ਨੇ ਇੱਕ ਸਾਖੀ ਇਹ ਵੀ ਮਿਲਦੀ ਹੈ ਕਿ ਆਪਣੇ ਵਿਦਿਆਰਥੀਆਂ 'ਚ ਬੈਠੇ ਆ ਮਨਸੂਰ ਨੇ ਆਪਣਾ ਹੱਥ ਸਮਾਨ ਵੱਲ ਕੀਤਾ ਜੀ ਹੱਥ 'ਚ ਸੇਬ ਆ ਗਿਆ ਅੱਛਾ ਜੀ ਕਹਿੰਦਾ ਇਹ ਆਦਨ ਦੇ ਬਾਗ ਦਾ ਉਹੀ ਸੇਬ ਹੈ ਜਿਹੜਾ ਆਦਮ ਤੇ ਈਵ ਨੇ ਖਾਦਾ ਸੀ ਹਾਂ ਤਾਂ ਇਸ ਤਰ੍ਹਾਂ ਦੀਆਂ ਬੜੀਆਂ ਕਰਾਮਾਤਾਂ ਉਹਨਾਂ ਦੇ ਨਾਂ ਨਾਲ ਆਪਾਂ ਨੂੰ ਲਿਖੀਆਂ ਮਿਲਦੀਆਂ ਨੇ ਹੂੰ ਲੇਕਿਨ ਬਗਦਾਦ ਦੇ ਹਾਕਮ ਕੋਲ ਸ਼ਿਕਾਇਤਾਂ ਪੜਦੀਆਂ ਸਨ ਕਿ ਇਹ ਆਪਣੀਆਂ ਨਜ਼ਮਾਂ ਨੂੰ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਬਰਾਬਰ ਸਮਝਦਾ ਹੈ ਮਨਸੂਰ ਕਾਫਰ ਹੈ ਹੂੰ ਇਹ ਕਦੀ ਕਦੀ ਅਸੀਸਾਂ ਦਿੰਦਾ ਹੋਇਆ ਆਪਣੇ ਵਿਦਿਆਰਥੀਆਂ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਮੈਂ ਤੈਨੂੰ موسی ਦਾ ਕਿਤਾਬ ਦਿੱਤਾ ਹੂੰ ਤੂੰ ਇਬਰਾਹਿਮ ਹੈ ਹੂੰ ਤੂੰ Hazrat نوਹ ਹੈ ਤੂੰ محمد ਹੈ ਇਸ ਤਰ੍ਹਾਂ ਇਹ ਤਾਂ ਪਗੰਬਰੀਆਂ ਵੰਡਦਾ ਫਿਰਦਾ ਹੈ ਹੂੰ ਮੌਲਵੀ ਸਨ ਜਿਹੜੇ ਕੱਟੜ ਪੰਥੀ ਸਨ ਉਹ ਖਲੀਫੇ ਨੂੰ ਮਜਬੂਰ ਕਰਨ ਲੱਗੇ ਕਿ ਇਹਦੇ ਖਿਲਾਫ ਐਕਸ਼ਨ ਲਵੇ ਜੀ ਖਲੀਫਾ ਇਸ ਕਾਮਲ ਫਕੀਰ ਵਿਰੁੱਧ ਕੋਈ ਐਕਸ਼ਨ ਲੈਣ ਦਾ ਇੱਛੁਕ ਨਹੀਂ ਸੀ ਜੀ ਲੇਕਿਨ ਬਗਾਵਤ ਸ਼ੁਰੂ ਹੋ ਗਈ ਬਗਦਾਦ ਦੇ ਦੁਆਲੇ ਘੇਰਾਬੰਦੀ ਕਰ ਲਈ ਜੀ ਜਿਵੇਂ ਦੁਸ਼ਮਣ ਨੂੰ ਘੇਰ ਕੇ ਮਾਰਨਾ ਹੁੰਦਾ ਦੂਸਰੇ ਪਾਸੇ ਦਿਲਚਸਪ ਤੱਥ ਇਹ ਕਿ ਹਾਕਮ ਦੀ ਮਾਂ मंसूर ਦੀ murid ਹਮ ਜਦੋਂ ਗ੍ਰਫਤਾਰ ਕਰਕੇ ਉਹਨੂੰ ਜੇਲ੍ਹ ਭੇਜਿਆ ਗਿਆ ਜੇਲ੍ਹ ਚ ਸਪੈਸ਼ਲ ਵੱਖਰਾ ਕਮਰਾ ਹਾਕਮ ਦੀ ਮਾਂ ਨੇ ਸਜਾ ਕੇ ਦਿੱਤਾ ਸੀ ਵਾਹ ਖਾਣਾ ਮਹਿਲ ਚੋਂ ਜਾਂਦਾ ਹੁੰਦਾ ਸੀ ਹਾਕਮ ਦੀ ਮਾਂ ਦੇ ਹੱਥਾਂ ਰਾਹੀਂ ਹਮ ਅਸੀਸ ਮੰਗਿਆ ਕਰਦੀ ਸੀ ਜੀ ਇੱਕ ਦਿਨ ਗਈ ਮਹਾਰਾਣੀ ਕਹਿੰਦੀ ਵੱਡੀ ਮਹਾਰਾਣੀ ਕਹਿੰਦੀ ਹਜ਼ੂਰ ਬਗਦਾਦ ਨੂੰ ਸਰਾਪ ਨਾ ਦਿਓ ਵਾਹ ਮਨਸੂਰ ਹੱਸ ਪਿਆ ਕਹਿਣ ਲੱਗਿਆ ਮਲਕਾ ਫਕੀਰ ਸਰਾਪ ਥੋੜਾ ਦਿਆ ਕਰਦੇ ਨੇ ਹਮ ਫਕੀਰ ਤਾਂ ਅਸੀਸਾਂ ਦਿੰਦੇ ਹੁੰਦੇ ਨੇ ਪਰ ਫਕੀਰ ਝੂਠ ਵੀ ਨਹੀਂ ਬੋਲਦੇ ਹੁੰਦੇ ਜੀ ਮੈਂ ਸਰਾਪ ਨਹੀਂ ਦਿੰਦਾ ਮੈਂ ਤੁਹਾਨੂੰ ਸੱਚ ਦੱਸਦਾ ਪਹਿਲਾਂ ਤੁਹਾਡੇ ਸਾਹਮਣੇ ਬੈਠਾ ਇਹ ਫਕੀਰ ਬਰਬਾਦ ਹੋਏਗਾ ਉਹਦੇ ਤੋਂ ਬਾਅਦ ਬਗਦਾਦ ਦੀ ਬਰਬਾਦੀ ਯਕੀਨੀ ਹੈ ਜਦੋਂ ਬਾਦਸ਼ਾਹ ਨੂੰ ਮਜਬੂਰ ਹੋ ਕੇ ਗ੍ਰਿਫਤਾਰ ਕਰਨਾ ਪਿਆ ਤਸੀਹੇ ਦਿੱਤੇ ਗਏ ਇਹ ਕਿਹਾ ਗਿਆ ਕਿ ਤੂੰ ਪੁਛਤਾਵਾ ਕਰ ਲੈ ਖਿਮਾ ਮੰਗ ਲੈ ਉਹ ਕਹਿਣ ਲੱਗੇ ਮੈਂ ਗਲਤ ਗੱਲ ਕੀਤੀ ਨਹੀਂ ਕੋਈ ਜੀ ਆਪਣੇ ਦਰਸ਼ਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਬਹੁਤ ਸੂਖਮ ਸ਼ਾਇਰ ਸੀ ਉਹ ਉਹਦੇ ਨਜ਼ਮਾਂ ਮਿਲਦੀਆਂ ਨੇ ਤਰਜਮੇ ਪੜੇ ਆ ਪਾ ਅੰਗਰੇਜ਼ੀ 'ਚ ਥੋੜਾ ਥੋੜਾ ਹਿੱਸੇ ਕਿਤੇ ਪੰਜਾਬੀ ਵਿੱਚ ਵੀ ਕੀਤੇ ਲੇਕਿਨ ਜੋ ਰਚਨਾ ਉਹਨੇ ਆਪਣੀ ਕਲਮ ਨਾਲ ਖੁਦ ਕੀਤੀ ਸੀ ਉਹਦਾ ਕੀ ਮੁਕਾਬਲਾ ਹੂੰ ਇਹੋ ਜੇ ਬੰਦ ਨੇ ਜੀ ਇੱਕ ਸੁਣਾਣਾ ਆਪਣੇ ਦਰਸ਼ਕਾਂ ਨੂੰ ਤੂੰ ਮੈਨੂੰ ਜ਼ਲੀਲ ਕੀਤਾ ਬਰਬਾਦ ਕੀਤਾ ਇਸ਼ਕ ਦੀ ਅੱਗ ਵਿੱਚ 100 ਵਾਰ ਸਾੜਿਆ ਹੂੰ ਹਜ਼ਾਰ ਵਾਰ ਸਾੜਦਾ ਆ ਸਾਡਾ ਇਸ਼ਕ 100 ਗੁਣਾ ਨਹੀਂ 1000 ਗੁਣਾ ਸੀ ਵਾਹ ਜੀ ਵਾਹ ਇਹ ਹੈ ਮਨਸੂਰ ਵਾਹ ਜੀ ਮਨਸੂਰ ਦੇ ਕੱਲਾ ਇਹ ਨਹੀਂ ਕਿ ਮੌਤ ਦੀ ਸਜ਼ਾ ਦਿੱਤੀ ਗਈ ਪੈਰ ਕੱਟੇ ਗਏ ਹਮ ਹੱਥ ਕੱਟੇ ਗਏ ਜਦੋਂ ਹੱਥ ਕੱਟ ਦਿੱਤੇ ਵਗਦਾ ਹੋਇਆ ਲਹੂ ਆਪਣੇ ਚਿਹਰੇ ਤੇ ਮਲ ਲਿਆ ਹਮ ਕਾਜ਼ੀ ਨੇ ਪੁੱਛਿਆ ਮਨਸੂਰ ਇਹ ਕੀ ਕੀਤਾ ਕਹਿਣ ਲੱਗਾ ਵੁਜ਼ੂ ਪੜੇ ਹਮ ਵੁਜ਼ੂ ਕੀਤਾ ਹਮ ਵੁਜ਼ੂ ਕੀਤਾ ਪੈਰ ਹੱਥ ਤੇ ਮੂੰਹ ਤੋਂ ਹੋਣਾ ਹੁੰਦਾ ਹੈ ਨਾ ਜੀ ਜੀ ਵੁਜ਼ੂ ਕੀਤਾ ਇਸ ਤਰ੍ਹਾਂ ਦਾ ਵੁਜ਼ੂ ਵੀ ਹੁੰਦਾ ਹੈ ਕਾਜ਼ੀ ਨੇ ਕਾਜ਼ੀ ਨੇ ਪੁੱਛਿਆ ਮਨਸੂਰ ਨੇ ਕਿਹਾ ਆਸ਼ਿਕਾਂ ਦਾ ਵੁਜ਼ੂ ਇਸੇ ਤਰ੍ਹਾਂ ਹੁੰਦਾ ਵਾਹ ਉਹਦੀ ਇੱਕ ਇੱਕ ਗੱਲ ਸੂਤਰ ਹੈ ਹੂੰ ਤੇ ਜਦੋਂ ਉਹਦੇ ਹੱਥ ਕੱਟੇ ਗਏ ਬੋਲ ਸੀ ਮਨਸੂਰ ਦਾ ਇਹ ਜਿਹੜੇ ਮੇਰੇ ਹੱਥ ਦਿਸਦੇ ਸਨ ਕੱਟ ਦਿੱਤੇ ਜਿਹੜੇ ਹੱਥਾਂ ਦੀ ਪਹੁੰਚ ਕੈਕਸ਼ਾਂ ਤੱਕ ਹੈ ਕੈਕਸ਼ਾਂ ਆਕਾਸ਼ ਗੰਗਾ ਜੀ ਜੀ ਜਿਨ੍ਹਾਂ ਹੱਥਾਂ ਦੀ ਪਹੁੰਚ ਆਕਾਸ਼ ਗੰਗਾ ਤੱਕ ਹੈ ਉਹ ਕਿਵੇਂ ਕੱਟੋਂਗੇ ਹੂੰ ਤੁਸੀਂ ਮੇਰੇ ਪੈਰ ਕੱਟ ਦਿੱਤੇ ਚਰਖ ਦੇ ਆਖਰੀ ਤਬਕ ਤੱਕ ਤੁਰ ਕੇ ਜਿਹੜੇ ਮੇਰੇ ਕਦਮ ਪਹੁੰਚਣਗੇ ਉਹ ਕਿਵੇਂ ਕੱਟੋਂਗੇ ਹੂੰ ਤੁਸੀਂ ਮੇਰੀਆਂ ਅੱਖਾਂ ਕੱਢ ਦਿੱਤੀਆਂ ਉਹ ਅੱਖਾਂ ਜਿਹੜੀਆਂ ਬ੍ਰਹਿਮੰਡ ਨੂੰ ਦੇਖਣਗੀਆਂ ਅਜੇ ਵੀ ਤੇ ਦੇਖਦੀਆਂ ਰਹਿਣਗੀਆਂ ਸਦਾ ਲਈ ਉਹਨਾਂ ਨੂੰ ਕਿਵੇਂ ਬੰਦ ਕਰੋਗੇ ਜਦੋਂ ਇਹ ਤਸੀਹੇ ਦਿੱਤੇ ਜਾ ਰਹੇ ਸੀ ਤਾਂ ਹਾਹਾਕਾਰ ਮੱਚ ਗਈ ਸੀ ਭੀੜ 'ਚ ਜੀ ਮਨਸੂਰ ਨੇ ਉੱਚੀ ਆਵਾਜ਼ 'ਚ ਕਿਹਾ ਭਾਈਓ ਤੁਸੀਂ ਤਾਂ ਹਜ਼ਾਰਾਂ ਬੇਗੁਨਾਹਾਂ ਨੂੰ ਕਤਲ ਕੀਤਾ ਅੱਜ ਇਸ ਗੁਨਾਹਗਾਰ ਨੂੰ ਮਾਰਨ ਵੇਲੇ ਤੁਹਾਨੂੰ ਕੰਮ 바 ਕਿਉਂ ਛੜਿਆ ਹੋਇਆ ਮੌਤ ਤੋਂ ਪਹਿਲਾਂ ਮਰੀਦਾਂ ਦੀ ਭੀੜ ਵਾਲੇ ਦੁਆਲੇ ਇਕੱਠੀ ਹੋਈ ਹੂੰ ਅਨੇਕ ਸਵਾਲ ਪੁੱਛੇ ਜਾਣ ਲੱਗੇ ਸਜ਼ਾ ਦਾ ਜਿਹੜਾ ਜਿਹੜਾ ਫਤਵਾ ਸੁਣਾਇਆ ਸੀ ਫਤਵਾ ਮੈਨੇ ਜੱਜਮੈਂਟ ਹੂੰ ਹੂੰ ਕਾਜ਼ੀ ਮੈਨੇ ਜੱਜ ਤੋ ਕਾਜ਼ੀ ਨੇ ਜਿਹੜੇ ਜੱਜਮੈਂਟ ਦਿੱਤੀ ਸੀ ਉਹਦੇ ਚ ਇਹ ਸੀ ਕਿ ਅੱਜ ਇਹਨੂੰ ਤਸੀਹੇ ਦੇ ਦੇ ਕੇ ਕਤਲ ਕੀਤਾ ਜਾਏਗਾ ਕੱਲ ਨੂੰ ਇਹਦਾ ਜਿਸਮ ਅੱਗ ਚ ਸਾੜਿਆ ਜਾਏਗਾ ਹੂੰ ਪਰਸੋਂ ਨੂੰ ਇਹਦੀ ਸਵਾਦ ਦਰਿਆ ਚ ਵਗਾ ਦਿੱਤੀ ਜਾਏਗੀ ਹੂੰ ਅੱਜ ਇਹ ਹੋਏਗਾ ਕੱਲ ਨੂੰ ਇਹ ਹੋਏਗਾ ਪਰਸੋਂ ਨਹੀਂ ਹੋਏਗਾ ਇਹ ਅਨਾਉਂਸ ਕਰ ਦਿੱਤਾ ਮੁਰਿਦਾਂ ਦੀ ਭੀੜ ਦੁਆਲੇ ਆ ਕੇ ਸਵਾਲ ਪੁੱਛਣ ਲੱਗੀ ਇੱਕ ਮੁਰਿਦ ਨੇ ਪੁੱਛਿਆ ਹਜ਼ੂਰ ਇਸ਼ਕ ਕੀ ਹੁੰਦਾ ਹੈ ਹੂੰ ਇਹਦੇ ਬਾਰੇ ਦੱਸੋਗੇ ਕੁਝ ਹੂੰ ਅਨੇਕ ਸਵਾਲ ਨੇ ਤੇ ਅਨੇਕ ਜਵਾਬ ਲੇਕਿਨ ਇੱਕ ਸਵਾਲ ਤੇ ਇੱਕ ਜਵਾਬ ਸੁਣ ਲਓ ਹਜ਼ੂਰ ਇਸ਼ਕ ਕੀ ਹੁੰਦਾ ਮਨਸੂਰ ਨੇ ਕਿਹਾ ਇਸ਼ਕ ਅੱਜ ਦੇਖੀ ਫਿਰ ਕੱਲ ਨੂੰ ਦੇਖੀ ਫਿਰ ਪਰਸੋਂ ਨੂੰ ਦੇਖੀ ਤਿੰਨ ਦਿਨਾਂ ਨੰ ਤੇ ਆਸ਼ਕੀ ਆ ਉਹ ਜੋ ਹੋਊਗਾ ਤਿੰਨ ਦਿਨ ਸਾਡੇ ਨਾਲ ਉਹ ਆਸ਼ਕੀ ਹੈ ਵਾਹ ਜੀ ਇਸ ਤਰੀਕੇ ਮਨਸੂਰ ਦਾ ਇਹ ਲੇਖ ਹੈ ਜਿਹੜਾ ਉਹ ਸੰਪੂਰਨ ਹੋਇਆ ਤੇ ਮਨਸੂਰ ਦੇ ਬਾਕ ਨਾਲ ਇਹਦਾ ਆਪਾਂ ਅੰਤ ਕਰਾਂਗੇ ਜੀ ਲਿਖਦਾ ਹੈ ਸੂਰਜ ਹਰ ਰੋਜ਼ ਸਵੇਰੇ ਚੜਦਾ ਤੇ ਹਰ ਰੋਜ਼ ਸ਼ਾਮ ਨੂੰ ਛਿਪਦਾ ਹੈ ਜਿਹੜੇ ਸੂਰਜ ਦਿਲਾਂ ਵਿੱਚ ਚੜੇ ਉਹ ਕਦੀ ਨਹੀਂ ਛਪਣਗੇ ਵਾਹ ਜੀ ਇਹ ਮਨਸੂਰ ਦਾ ਬਾਕ ਇਹ ਮਨਸੂਰ ਦਾ ਬਾਕ